दसवें पातशाह श्री गुरु गोबिंद सिंह साहब न समर्पित नगर कीर्तन श्री आनंदपुर साहब तो शुरू हो के माछीवाड़ा साहब अज पहुँचेगा। इस नगर कीर्तन की शुरुआत अज तो 28 साल पहला बाबा जोरा सिंह जी के वलों की गई सी। अज भाई जोरा सिंह जी के पोतर भाई कुलवंत सिंह इस प्रथा निभाते आ रहे ने। इस नगर कीर्तन दे विच ओ सेवा कर रहे ने। यह नगर कीर्तन 6वें 7वें पोह नूं श्री आनंदपुर साहब तो शुरू हुंदा है ते गुरद्वारा परिवार विछोड़ा साहब पट्टा साहब माछीवाड़ा साहब कटाणा साहब सानेवाल गुरद्वारा आलमगीर साहब अते रायकोट तो हुंदे होए 5 जनवरी नूं मेहताना साहब पहुँचेगा। ਜਥੇਦਾਰ ਸੁਖਦੇਵ ਸਿੰਘ ਬਾਬਾ ਜੀ, ਨਗਰ ਕੀਰਤਨ ਕਿਹਨਾਂ ਨੂੰ ਸਮਰਪਿਤ ਤਾਂ ਅਤੇ ਕਦੋਂ ਦਾ ਚੱਲਿਆ? ਇਹ ਨਗਰ ਕੀਰਤਨ ਜਦੋਂ 10ਵੇਂ ਪਾਤਸ਼ਾਹ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਆਨੰਦਗੜ੍ਹ ਦਾ ਕਿਲਾ ਛੱਡਿਆ ਉਸ ਦੇ ਸੰਬੰਧ ਵਿੱਚ ਅੱਜ ਤੋਂ 28 ਸਾਲ ਪਹਿਲਾਂ ਬਾਬਾ ਜੋਰਾ ਸਿੰਘ ਗੁਰਦੁਆਰਾ ਮਹਿਦੀਆਣਾ ਸਾਹਿਬ ਦੇ ਮੁੱਖ ਸੇਵਾਦਾਰ ਸੀ, ਉਹਨਾਂ ਨੇ ਸ਼ੁਰੂ ਕੀਤਾ ਜੋ ਅੱਜ ਇਹ ਨਗਰ ਕੀਰਤਨ। ਭਾਈ ਕੁਲਵੰਤ ਸਿੰਘ ਬਾਬਾ ਜੋਰਾ ਸਿੰਘ ਦੇ ਪੋਤਰੇ ਆ, ਉਹ ਇਹ ਸੰਪਤਾ ਚਲਾ ਰਹੇ ਆ। ਇਹ ਨਗਰ ਕੀਰਤਨ ਸ਼ੁਰੂ 6-7 ਪੋਹ ਦੀ ਰਾਤ ਨੂੰ ਜਦੋਂ 10ਵੇਂ ਪਾਤਸ਼ਾਹ ਨੇ ਆਨੰਦਗੜ੍ਹ ਦਾ ਕਿਲਾ ਛੱਡਿਆ, ਸਾਰਾ ਪਰਿਵਾਰ ਸਣੇ ਸਿੰਘਾਂ ਸਮੇਤ ਛੱਡ ਕੇ ਸਰਸਾ ਨਦੀ ਵੱਲ ਨੂੰ ਆਏ, ਅਤੇ ਉਸ ਸਮੇਂ ਦਾ ਨਗਰ ਕੀਰਤਨ ਉਸ ਇਤਿਹਾਸਕ ਨੂੰ ਯਾਦ ਕਰਾਉਂਦਿਆਂ ਇਹ 28 ਸਾਲ ਤੋਂ ਚੱਲ ਰਿਹਾ। ਕਿਲਾ ਛੱਡ ਕੇ ਗੁਰੂ ਸਾਹਿਬ ਪਹਿਲਾਂ ਪਰਿਵਾਰ ਵਿਛੋੜੇ, ਅਤੇ ਚਮਕੌਰ ਸਾਹਿਬ, ਭੱਠਾ ਸਾਹਿਬ, ਅਤੇ ਮਾਛੀਵਾੜਾ, ਗਾਂ ਕਟਾਣਾ ਸਾਹਿਬ, ਸਾਹਨੇਵਾਲ, ਈਲੰਗ ਆਲਮਗੀਰ ਸਾਹਿਬ ਅਤੇ ਰਾਏਕੋਟ ਹੁੰਦੇ ਹੋਏ ਗੁਰਦੁਆਰਾ ਮਹਿਦੀਆਣਾ ਸਾਹਿਬ ਪਹੁੰਚੇਗਾ ਜੀ। 5 ਜਨਵਰੀ ਨੂੰ ਗੁਰਦੁਆਰਾ ਮਹਿਦੀਆਣਾ ਸਾਹਿਬ ਜਾ ਕੇ ਇਹਦੀ ਸਮਾਪਤੀ ਹੋਵੇਗੀ। ਉਸ ਤੋਂ ਅੱਗੇ 21 ਦਿਨ ਗੁਰੂ ਸਾਹਿਬ ਗੁਰਦੁਆਰਾ ਮਹਿਦੀਆਣਾ ਸਾਹਿਬ ਅਤੇ ਲੰਮੇ ਜੱਟਪੁਰੇ ਉਸ ਇਲਾਕੇ 'ਚ 21 ਦਿਨ ਰਹੇ ਆ। 21 ਦਿਨ ਵਿਸ਼ਰਾਮ ਕਰਨ ਤੋਂ ਬਾਅਦ ਇਹ ਨਗਰ ਕੀਰਤਨ ਅੱਗੇ ਦੀਨਾ ਸਾਹਿਬ ਵੱਲ ਨੂੰ ਰਵਾਨਾ ਹੋਵੇਗਾ ਅਤੇ ਉੱਥੇ ਦੀਨਾ ਸਾਹਿਬ ਜਾ ਕੇ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ। ਮੇਰਾ ਨਾਮ ਜਸਵੀਰ ਸਿੰਘ। ਕਿੱਥੇ ਤੋਂ ਆਏ ਹੋ? ਲੱਖੇ ਤੋਂ। ਅੱਛਾ, ਨਗਰ ਕੀਰਤਨ ਕਿੱਥੋਂ ਸਟਾਰਟ ਹੋਇਆ ਜੀ? ਇਹ ਆਪਣੇ ਆਨੰਦਪੁਰ ਸਾਹਿਬ ਤੋਂ ਜੀ। ਕਿਸ ਤਰ੍ਹਾਂ ਜਾਂਦਾ ਤਾਂ ਕਿੱਥੇ ਸਮਾਪਤੀ? ਇਹ ਜਿਵੇਂ ਆਪਣੇ ਗੁਰੂ ਸਾਹਿਬ ਜੀ ਗੁਰੂ ਜੀ ਰਹੇ ਆ, ਉੱਥੋਂ ਦੀ ਗੁਰੂ ਗੋਬਿੰਦ ਮਾਰਗ ਦੇ ਆਏ ਹਾਂ ਜੀ। ਉਵੇਂ ਚੱਲਦਾ ਚਲਾਉਂਦਾ ਕੇ ਮਾਸੀ ਬੜੇ ਪਹੁੰਚੇ ਹਾਂ ਜੀ। ਮਾਸੀ ਬਾੜੀ ਤੋਂ ਹੁਣ ਆਪਾਂ ਚੱਲਦਾ ਚਲਾਉਂਦਾ ਜਾ ਕੇ ਅਗਲੇ ਪੜਾਵਾਂ ਵੱਲ ਜਾਵੇਗਾ, ਫਿਰ ਗੁਰਦੁਆਰਾ ਮਹਿਦੀਆਣਾ ਸਾਹਿਬ ਜਾ ਕੇ ਉਹ ਤਾਂ ਸਮਾਪਤੀ ਹੋ ਗਈ। 21 ਦਿਨ ਰਹਿਣਾ, ਉਸ ਤੋਂ ਬਾਅਦ 'ਚ ਫਿਰ ਦੀਨਾ ਸਾਹਿਬ ਜ਼ਿਕਰ ਜਾਣਾ ਜੀ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮੈਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।